ਨਮਸਤੇ ਤੇ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਲਓ ਜੀ, ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਜੀ ਜਨਾਬ, ਜੀ ਜਨਾਬ, ਜੀ ਜਨਾਬ। ਮੈਨੂੰ ਪਤਾ ਤੁਹਾਡੇ ਮੂੰਹ 'ਚ ਤਾਰੀਫ ਦੇ ਜਿਹੜੇ ਸ਼ਬਦ ਨੇ ਉਹ ਆ ਰਹੇ ਨੇ ਕਿ ਇੰਸਪੈਕਟਰ ਪਾਲੀ ਇੰਨਾ ਸੋਹਣਾ ਲੱਗ ਰਿਹਾ ਅਤੇ ਇਸ ਬੱਚੇ ਦੀ ਤਾਰੀਫ ਕਰਨੀ ਬਹੁਤ ਜ਼ਰੂਰੀ। ਬਿਲਕੁਲ ਕਰਨੀ ਬਣਦੀ, ਬਿਲਕੁਲ ਕਰੋ। ਮੈਂ ਕਦੀ ਮਨਾ ਨਹੀਂ ਕਰਦਾ, ਤੁਹਾਨੂੰ ਪਤਾ ਇਸ ਚੀਜ਼ ਤੋਂ। ਦਰਅਸਲ ਤੁਸੀਂ ਬਿਲੀਵ ਕਰੋਗੇ, ਮਤਲਬ ਅਸੀਂ ਤਿੰਨ ਭਰਾ ਹਾਂ, ਅਸੀਂ ਮਤਲਬ ਆਪਣੀ ਫੈਮਿਲੀ 'ਚ ਤਿੰਨ ਭਰਾ, ਸਭ ਤੋਂ ਜ਼ਿਆਦਾ ਸੋਹਣਾ ਮੈਂ ਹਾਂ। ਦੋਵਾਂ ਦਾ ਹਿਸਾਬ ਲਾਓ, ਮਤਲਬ ਕੈਸੇ ਹੈਂਡਸਮ ਹੋਣਗੇ। ਪਤਾ ਕਿ ਇਹ ਇੱਕ ਰੋਬ ਦਾ ਫਰਕ ਪੈਂਦਾ, ਇੱਕ ਚੀਜ਼ ਦਾ ਫਰਕ ਪੈਂਦਾ। ਜਨਾਬ ਜੈ ਹਿੰਦ। ਵਾਹ ਜੀ ਵਾਹ। ਪੁੱਤਰ ਇਹ ਕੰਮ ਕਰ। ਹਾਂਜੀ। ਜੈ ਹਿੰਦ ਹੌਲੀ ਕਰ ਅਤੇ ਢਿੱਡ ਅੰਦਰ ਕਰ। ਆ ਲਓ ਜੀ, ਆਪਣੀ ਹੈਸੀਅਤ ਮੁਤਾਬਕ ਜਿੰਨਾ ਖਿੱਚ ਸਕਦਾ ਖਿੱਚ ਲਿਆ। ਨਹੀਂ ਨਹੀਂ ਪੁੱਤਰ, ਤੈਨੂੰ ਫਿਰ ਤੇਰੀ ਹੈਸੀਅਤ ਦਾ ਪਤਾ ਹੀ ਨਹੀਂ। ਜੇ ਤੈਨੂੰ ਤੇਰੀ ਹੈਸੀਅਤ ਦਾ ਪਤਾ ਹੋਵੇ ਨਾ ਤਾਂ ਤੂੰ ਇੱਥੇ ਹੁੰਦਾ ਵੀ ਨਹੀਂ। ਅੱਛਾ ਜੀ। ਹੋਰ ਬੋਰੀ 'ਤੇ ਕਿਤੇ ਸੰਘਾੜੇ ਲਾ ਕੇ ਚੌਂਕ 'ਚ ਬੈਠਾ ਹੁੰਦਾ, ਹੈਸੀਅਤ ਲੈਣ ਆ ਗਿਆ। ਸ਼ਿੰਦੇ, ਤੇਰੇ ਚੰਗੇ ਕਰਮ ਹੈ ਕੋ ਕੀਤੇ, ਜਿਹੜਾ ਤੈਨੂੰ ਅਸੀਂ ਪਹਿਲੇ ਬਾਹਰ ਰੱਖਦੇ ਸੀ ਤੇ ਹੁਣ ਕਦੀ ਕਦੀ ਤੂੰ ਅੰਦਰ ਵੀ ਆ ਜਾਂਦਾ। ਹਾਂਜੀ ਹਾਂਜੀ, ਕੀੜਿਆਂ 'ਤੇ ਮੈਂ ਉਹ ਚੋਗਾ ਜਿਹਾ ਪਾਉਂਦਾ ਰਹਿੰਦਾ ਨਾ, ਚੰਗੇ ਕਰਮ ਮੈਂ ਬਹੁਤ ਕੀਤੇ ਜੀ। ਉਹ ਇਹ ਵੀ ਦੱਸ ਨਾ, ਉਹੀ ਚੋਗਾ ਬਾਅਦ 'ਚ ਚੁੱਕ ਕੇ ਖਾ ਵੀ ਲੈਂਦਾ ਰਿਹਾ। ਆਹ ਉਹ ਨਾਰੀਵਾਲ ਵਾਲੇ ਨਾਲ ਲੜੀ ਰਹਿੰਦੀ ਸੀ। ਕਿਹਦੇ ਨਾਲ? ਨਾਰੀਵਾਲ ਵਾਲੇ ਨਾਲ। ਨਾਰੀਵਾਲ ਵਾਲੇ ਨਾਲ ਲੜਨ ਦੀ ਸੀ? ਕੀ ਕਹਿੰਦੀ? ਉਦਾਂ ਹੀ ਪਤਾ ਨਹੀਂ ਪੁੱਤਰ, ਜੇ ਤੇਰਾ ਇੰਨਾ ਹੀ ਔਖਾ ਸ਼ਬਦ ਨਾਰੀਅਲ ਤੇਰੇ ਮੂੰਹ ਚੜਨ ਡਿਆ ਤੇ ਤੂੰ ਕਹਿਣਾ ਜ਼ਰੂਰ ਕੀ ਕਿੱਥੇ? ਮੈਂ ਕਹਾ ਨਾਰੀਅਲ ਵਾਲੇ ਨਾਲ ਲੜਨ ਡਈ ਸੀ। ਫਲੋਜ ਬੋਲ। ਨਾਰੀਅਲ ਵਾਲੇ ਨਾਲ ਲੜਨ ਡਈ ਸੀ। ਆਏ ਹੈ ਫੇਰ ਨਾਰੀਅਲ ਵਾਲੇ ਨਾਲ ਲੜਨ ਡਈ ਸੀ। ਲੈ 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 ਪੁੱਤਰ, ਜਿੱਦਾਂ ਤੂੰ ਬੋਲਿਆ ਮੈਨੂੰ ਐਂ ਲੱਗਦਾ ਬੀਚ ਤੇ ਤੇਰਾ ਆਪਣਾ ਵੀ ਖੋਖਾ ਨਾਰੀਅਲ ਦਾ। ਆਪਾਂ ਨੂੰ ਕਸਮ ਲੱਗੀ, ਇਸੇ ਕਰਕੇ ਮੈਂ ਨਾਰੀਅਲ ਕਦੇ ਖਾਂਦਾ ਨਹੀਂ। ਉਸੇ ਨਾਰੀਅਲ 'ਚ ਪਈ ਟੇਡੀ ਸਟ੍ਰੈਪ ਵਰਗਾ ਮੂੰਹ ਆ ਤੇਰਾ, ਕਿਉਂ ਨਹੀਂ ਸਮਝਾਉਂਦੇ ਤੈਨੂੰ? ਕਿੱਦਾਂ ਮੈਂ ਨਾਰੀਅਲ ਵਾਲੇ ਨਾਲ ਲੜਦੀ ਆ? ਜੀ ਮੈਂ ਉਧਰੋਂ ਹੀ ਆਇਆ ਜੀ, ਮੈਂ ਲੇਟ ਹੁੰਦਾ ਪਿਆ ਸੀ, ਮੈਂ ਕਿਹਾ ਛੇਤੀ ਛੇਤੀ ਮੈਂ ਥਾਣੇ ਪਹੁੰਚਾਂ। ਕੀ ਗੱਲ ਕੀ ਹੈ ਇਹਦੀ ਨਾਰੀਅਲ ਵਾਲੇ ਨਾਲ? ਪਤਾ ਨਹੀਂ ਕੋਈ ਦੋ ਤਿੰਨ ਰੁਪਈਆਂ ਦੀ ਗੱਲ ਕਰਨੀ ਸੀ, ਕਰਨੀ ਸੀ ਕੱਟ ਕੇ ਲਿਆਂਦੀ ਜਿੰਦੇ ਪਾਲੀ ਸਰ। ਜੈ ਹਿੰਦ। ਵਾਹ ਜੀ ਵਾਹ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ, ਮੈਂ ਵੀ ਗਿਆ ਨਾ, ਕੱਲ ਛੁੱਟੀ ਸੀ ਮੈਨੂੰ, ਮੈਂ ਕਿਹਾ ਚਲ ਜਾ ਆਈ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਖੂ ਦੁਰ ਫੜੇ ਮੂੰਹ ਤੇਰਾ, ਇਹ ਕਿਹੜਾ ਟਾਈਮ ਆਉਂਦਾ ਸਰ? ਜੇ ਕੋ ਦੀ ਜਗ੍ਹਾ ਤੇ ਆਈ ਲਵ ਯੂ ਵੀ ਆ ਸਕਦਾ ਸੀ? ਨਹੀਂ ਜੀ, ਆ ਥੂ ਆ ਸਕਦਾ ਸੀ ਸਰ। ਇਹ ਫਿਰ ਤੁਹਾਡੀ ਉਹ ਇਹ ਜ਼ਿਆਦਾ ਵਧੀਆ ਟਾਈਮਿੰਗ ਤੇ ਵੀ ਆ ਰਿਹਾ ਥੋੜਾ ਜਿਹਾ ਸਰ। ਜੇ ਤੁਸੀਂ ਮਤਲਬ ਉਹ ਫਿਰ ਨਹੀਂ ਕਹਿਣਾ ਚਾਹੁੰਦੇ, ਮੈਂ ਜਿਹੜੀ ਗੱਲ ਕਰਨ ਡਿਆ ਉਹਦੇ ਹੱਲ ਨਹੀਂ ਧਿਆਨ ਦੇਣ ਡਈ ਕਿੱਥੇ ਹੀ ਤੂੰ? ਕੀ ਟਾਈਮਿੰਗ ਹੈ ਆਪਣਾ? ਕੀ ਟਾਈਮਿੰਗ ਹੈ ਇਹ ਸਰ? ਟਾਪ ਲਾਈਟ ਬੰਦ ਸੀ, ਲਾਈਟ ਬੰਦ ਸੀ ਸਰ ਉਹਦੀ। ਵਾਹ ਵਾਹ ਵਾਹ, ਤੇਰੀ ਅੱਖਾਂ ਦੀ ਲਾਈਟ ਤੇ ਚੱਲਦੀ ਪਈ ਹੈ ਨਾ, ਉਹ ਤੇ ਨਹੀਂ ਗਈ? ਉਹਦੇ ਚੋਂ ਤਾਂ ਦਿਸਦਾ ਨਾ ਟਾਈਮ ਕਿੰਨਾ ਹੋਇਆ ਸਰ। ਮੈਂ ਤੇ ਵੈਸੇ ਤੁਰਦੀ ਲਾਈਟਾਂ ਮਾਰਦੀ ਰਹਿੰਦੀ ਤੇ ਅੱਖਾਂ ਦੀ ਕਿੱਥੇ ਚਲ ਜੂਗੀ ਸਰ? ਹਾਂ ਮੈਨੂੰ ਪਤਾ, ਪਹਿਲੇ ਇੰਡੀਕੇਟਰ ਲਵਾਏ ਹੋਏ ਸੀਗੇ, ਕਈ ਵਾਰੀ ਬੰਦ ਪਿੱਛੇ ਨਹੀਂ ਨਾ ਮੁੜਨਾ ਹੁੰਦਾ, ਨਹੀਂ ਮੁੜਦੀ, ਇੱਥੋਂ ਇੰਡੀਕੇਟਰ ਦੇਂਦੀ ਮੈਂ ਇੱਧਰ ਨੂੰ ਜਾਣਾ। ਉਹ ਵਾਲੀ ਲਾਈਟ ਨਹੀਂ ਸਰ, ਮੈਂ ਜਦੋਂ ਮੱਲੇ 'ਚ ਲੰਘਦੀ ਮੁੰਡੇ ਦੇਖ ਕੇ ਕਹਿੰਦੇ ਹਾਏ ਕੁੜੀ ਤੇ ਲਾਈਟਾਂ ਕਰਾਉਂਦੀ ਜਾਂਦੀ ਹੈ ਸਰ, ਇੱਦਾਂ ਮਤਲਬ ਕਹਿੰਦੇ ਨਾ ਫਿਰ ਤਾਂ ਕਰਕੇ। ਪਤਾ ਕੀ ਬੱਚੇ, ਇਹਦੇ ਵਿੱਚ ਕਾਰਨ ਕੀ ਹੈ? ਕਰਨ ਨਹੀਂ ਹੈਗਾ ਸਰ ਇਹਦੇ ਵਿੱਚ, ਮੈਂ ਸਰ ਅਜੇ ਹੈਗਾ ਸਰ ਮੰਨੀ ਹੈ, ਅਤੇ ਇੱਕ ਅਮਨ ਸਰ ਉਹ ਵੀ ਹੈਗਾ, ਅਤੇ ਉਸ ਤੋਂ ਬਾਅਦ ਬਾਕੀ ਸਰ ਦੋ ਤਿੰਨ ਜਣੇ ਹੋਰ ਹੁੰਦੇ ਉਹਨਾਂ ਨੂੰ। ਮੈਂ ਸਮਝ ਰਿਹਾ ਮੈਂ ਕੀ ਕਹਿ ਰਿਹਾ ਸੀ ਕਿ ਇਹ ਜਿਹੜਾ ਤੂੰ ਮੈਨੂੰ ਗੱਲ ਦੱਸੀ ਨਾ ਕਿ ਤੁਹਾਡੇ ਮਹੱਲੇ ਕਹਿੰਦੇ ਆ ਕਿ ਉਹ ਕੁੜੀ ਲਾਈਟਾਂ ਕਰਾ ਰਹੀ ਆ, ਹੋਰ ਬਾਬਾ ਕੀ ਹਾਲ ਹੈ, ਹੋਰ ਕਿਸ ਤਰ੍ਹਾਂ? ਨਹੀਂ ਨਹੀਂ ਪੁੱਤਰ, ਮੈਨੂੰ ਉਦਾਂ ਪਤਾ ਤੁਹਾਡਾ ਮਹੱਲਾ ਗੰਦਾ, ਪਤਾ ਨਹੀਂ ਇੱਕ ਐਸੇ ਮਹੱਲੇ 'ਚ ਰਹਿਣ ਵਾਲੀ ਪੁੱਤਰ ਤੁਹਾਡਾ ਮਹੱਲਾ ਤੇ ਉਹ ਹੈ ਕਿ ਸਰਦੀਆਂ ਨੂੰ ਜੇ ਕਿਤੇ ਆਰਾਮ ਨਾਲ ਵੀ ਬੈਠੇ ਹੋ ਨਾ ਕਿਤੇ ਅੱਗ ਸੇਕਦੇ ਸੇਕਦੇ, ਉੱਥੇ ਪਲਾਨ ਬਣਾ ਲੈਂਦੇ ਆ, ਓਏ ਇਸ ਵਾਰੀ ਹਿਮਾਚਲ ਚੱਲੀਏ ਸਾਈਕਲਾਂ ਤੇ, ਉਤੋਂ ਸਾਈਕਲਾਂ ਦੇ ਪ੍ਰੋਗਰਾਮ ਬਣਾ ਲੈਂਦੇ। ਉਹ ਜਨਾਬ ਮੈਂ ਇਹਨਾਂ ਨੂੰ ਜਾਣਦਾ ਜੀ, ਇਹਨਾਂ ਦੀ ਸਾਰੀ ਫੈਮਿਲੀ ਕਮਲੀ ਆ, ਇਹਨਾਂ ਦੇ ਨਾ ਘਰੇ ਥੱਲੇ ਅੱਗ ਲੈ ਕੇ ਤੇ ਸੇਕਣ ਡੇ ਸੀ, ਥੱਲੇ ਅੱਗ ਲੈ ਕੇ। ਅੱਛਾ, ਥੱਲੇ ਅੱਗ ਲੈ ਕੇ ਤਾਂ ਸਾਰੇ ਉੱਤੇ ਸੇਕ, ਸਾਰੇ ਟੱਬਰ ਸੇਕਣ ਡੇ। ਅੱਗ ਤਾਂ ਹੈ ਨਾ ਸਰ, ਥੱਲੇ ਅੱਗ ਹੋਣੀ ਚਾਹੀਦੀ ਸਰ ਕਿਤੇ ਵੀ ਹੋਵੇ। ਪੁੱਤਰ ਤੈਨੂੰ ਪਤਾ ਸਾਲ ਬਾਅਦ ਇੱਕ ਪੁਲਿਸ ਮਹਿਕਮੇ ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ, ਉਹ 'ਚ ਅਵਾਰਡ ਮਿਲਦੇ ਆ ਸਰ, ਇਸ ਵਾਰੀ ਮੈਨੂੰ ਮਿਲੂੰਗਾ? ਨਹੀਂ ਨਹੀਂ ਪੁੱਤਰ, ਤੁਹਾਡੇ ਕੋਲ ਜਿਹੜੇ ਪਹਿਲੇ ਪਏ ਨਾ ਉਹ ਖੋਣੇ ਆ ਇਸ ਵਾਰੀ, ਤੇ ਉਸੇ ਅਵਾਰਡ ਸ਼ੋਅ 'ਚ ਬਾਕੀਆਂ ਨੂੰ ਵੰਡਣੇ ਆ। ਹਾਏ ਸਰ, ਇਹ ਕਿੱਦਾਂ ਦਾ ਅਵਾਰਡ ਸ਼ੋਅ ਆ? ਇਦਾਂ ਦਾ ਹੀ ਹੋਣਾ, ਤੁਹਾਡੇ ਨਾਲ ਤਾਂ ਇਦਾਂ ਦਾ ਹੀ ਹੋਣਾ ਚਾਹੀਦਾ। ਅੱਗੇ ਵੀ ਸਰ ਇਦਾਂ ਦਾ ਬੋਲੀਆਂ ਦਾ ਕੰਪੀਟੀਸ਼ਨ ਹੋਇਆ ਸਰ, 50,000 ਰੁਪਏ ਨਾਮ ਸੀਗਾ। ਅੱਛਾ, ਮੈਂ ਜਿੱਤ ਗਈ ਤੇ ਸਰ ਪਹਿਲਾਂ ਤਾਂ ਮੈਨੂੰ ਸਟੇਜ ਤੇ ਉਹਨਾਂ ਨੇ ਫੜਾਇਆ ਸਰ, ਮੋਮੈਂਟੋ ਜਿਹਾ ਫੜਾ ਕੇ ਕਹਿੰਦੇ। ਕੀ ਫੜਾਇਆ? ਮੋਮੈਂਟੋ ਸਰ। ਅੱਛਾ, ਮੋਮੈਂਟੋ ਫੜਾਇਆ? ਹਾਂਜੀ ਸਰ, ਉਸ ਮੋਮੈਂਟੋ ਨਾਲ ਤੇਰਾ ਮੋਮੈਂਟ ਬਣ ਗਿਆ ਹੋਣਾ। ਉਸ ਟਾਈਮ ਤੇ ਮੋਮੈਂਟ ਬਣ ਗਿਆ ਸਰ, 5 ਮਿੰਟ ਬਾਅਦ ਕਹਿੰਦੇ ਸਾਡੇ ਮੋਮੈਂਟੋ ਘੱਟ ਆ, ਕਿਸੇ ਨੇ ਹੋਰ ਨੂੰ ਸਨਮਾਨਿਤ ਕਰਨਾ ਸਰ, ਉਹੀ ਕਿਸੇ ਹੋਰ ਨੂੰ ਫੜਾਤਾ ਤੇ 50,000। ਤੇਰੇ ਨਾਲ ਤਾਂ ਬੜੀ ਨਜਾਇਜ਼, ਇੱਕ ਵਾਰੀ ਤੇ ਹਾਰ ਬਹੁਤ ਪਾਤੇ ਐਂਟਰੀ ਤੇ ਵੈਲਕਮ ਤੇ, ਇਹ ਬੈਠੀ ਸੱਜ ਕੇ ਇਹਨੂੰ ਲੱਗਾ ਕਿ ਯਾਰ ਮੈਂ ਹੀ ਹਾਂ ਇਕੱਲੀ ਚੀਫ ਗੈਸਟ, ਉਧਰੋਂ ਦੂਸਰਾ ਗੈਸਟ ਆਇਆ ਇਹਦੇ ਗਲੇ 'ਚ ਲੁਆ ਕੇ ਕਹਿੰਦੇ ਉਹਦੇ ਪੁਆਣੇ ਆ, ਉੱਥੇ ਰੋਣ ਲੱਗ ਪਈ, ਕਹਿੰਦੀ ਹਾਏ ਮੇਰੇ ਹਾਰ ਦੇ ਦਿਓ। ਮੈਂ ਉਹਨਾਂ ਨੂੰ ਮਨਾ ਕਰਤਾ ਸੀ, ਮੈਂ ਕਿਹਾ ਤੁਸੀਂ ਮੇਰੇ, ਉਸ ਤੋਂ ਬਾਅਦ ਜ਼ਿੰਦਗੀ 'ਚ ਹਾਰਦੀ ਆਈ ਹੈ
ਸਰ ਮੈਂ ਉਹਨਾਂ ਨੂੰ ਹਾਰ ਪਾਉਣ ਤੇ ਤੁਹਾਨੂੰ ਪਤਾ ਮਨਾ ਕਰਤਾ ਸੀ ਮੈਂ ਕਹਤਾ ਸੀ ਜਦੋਂ ਮੈਨੂੰ ਲੋੜ ਪਈ ਮੈਂ ਆਪ ਹੀ ਚੱਕ ਕੇ ਪਾ ਲਵਾਂਗੀ ਜਦੋਂ ਲੋੜ ਪੈਂਦੀ ਸਰ ਬੰਦਾ ਪਾ ਹੀ ਲੈਂਦਾ ਨਾ ਬੜੀ ਤੈਨੂੰ ਲੋੜ ਪੈਂਦੀ ਹੈ ਮੈਨੂੰ ਦੇਖੋ ਸਰ ਕਿੱਦਾਂ ਦੀ ਗੱਲ ਕੀਤੀ ਹੈ ਮੈਡਮ ਮੈਂ ਤੈਨੂੰ ਪੁੱਛਿਆ ਸਰ ਮੂੰਹ ਦੇਖੋ ਕਿੱਦਾਂ ਦੀ ਗੱਲ ਕੀਤੀ ਪੁੱਛਿਆ ਤੈਨੂੰ ਤੂੰ ਕੌਣ ਨਾ ਉਹਦੇ ਬਾਰੇ ਗੱਲ ਦੱਸਣ ਵਾਲਾ ਮੈਨੂੰ ਛਿੰਦਾ ਜੀ ਹੈ ਛਿੰਦਾ ਇਹ ਕੋਈ ਬਹੁਤ ਬਹਾਦਰੀ ਵਾਲੀ ਗੱਲ ਨਹੀਂ ਹੈ ਤੇ ਛਿੰਦਾ ਇਹ ਇਹਦੇ ਚ ਬਹਾਦਰੀ ਤੇਰੇ ਘਰਦਿਆਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਪ੍ਰੋਟੈਕਟਰ ਸਰ ਵੈਸੇ ਥੈਂਕ ਯੂ ਕਰਨਾ ਜੀ ਮੈਂ ਤੁਹਾਡਾ ਮੇਰਾ ਥੈਂਕ ਯੂ ਕਰਨਾ ਉਧਰ ਥੈਂਕ ਯੂ ਬੰਦ ਕੀਤਾ ਹੋਇਆ ਅੱਜ ਕੱਲ੍ਹ ਮੈਂ ਥੈਂਕ ਯੂ ਜਗ੍ਹਾ ਕੈਸ਼ ਲੈਣਾ ਉਹ ਚ ਕੀ ਖਿਆਲ ਥੈਂਕ ਯੂ ਨਹੀਂ ਕਰਦੇ ਜੀ ਆਪਾਂ ਧੰਨਵਾਦ ਕਰ ਦਿੰਦੇ ਆ ਧੰਨਵਾਦ ਚ ਫਿਰ ਤੁਸੀਂ ਥੋੜੇ ਘੱਟ ਦੇ ਦਿਓ ਜਿਹੜਾ ਤੁਸੀਂ ਮੈਨੂੰ ਕਰੀਮ ਦਿੱਤੀ ਸੀ ਨਾ ਜੀ ਅੱਛਾ ਬਸ ਉਹ ਮੈਂ ਘਰ ਵਾਲੀ ਨੂੰ ਦੇਤੀ ਜੀ ਘਰ ਵਾਲੀ ਨੂੰ ਦੇਤੀ ਹਾਂਜੀ ਹਾਂਜੀ ਉਹ ਤਾਂ ਮੈਂ ਤੇਰੇ ਲਈ ਲਿਆਇਆ ਸੀ ਅੱਛਾ ਪਰ ਤੇਰੀ ਘਰ ਵਾਲੀ ਦਾ ਵੀ ਤੇ ਉਹੀ ਹਾਲ ਆ ਸਰ ਇਹਨੇ ਵੀ ਕਰੀਮ ਉਹ ਚਿੱਟੇ ਸੀਗੇ ਨਾ ਇਹਨੇ ਕਾਲੀ ਕਰਤੀ ਹੁਣੀ ਇਹ ਹੁਣ ਵਾਈਫ ਨੂੰ ਵੀ ਕਾਲੀ ਕਰਨਾ ਚਾਹੁੰਦਾ ਸਰ ਆਪਣੇ ਉਹ ਬੇਫਿਕਰ ਪਹਿਲੇ ਉਦਾਂ ਦੀ ਹੈ ਸੇਮ ਕਲਰ ਹੈ ਤਾਂ ਹੀ ਉਹਦਾ ਵਿਆਹ ਹੋਇਆ ਇਹਨਾਂ ਦਾ ਇਹ ਤਾਂ ਕਿਤੇ ਵਿਆਹ ਦੇਖਣ ਚੱਲ ਜਾਂਦੇ ਇਹ ਹੱਸਣ ਤੇ ਤਾਂ ਪਤਾ ਲੱਗਦਾ ਕਿ ਛਿੰਦਾ ਦੇ ਉਹਦੀ ਘਰ ਵਾਲੀ ਆ ਗਏ ਆ ਨਹੀਂ ਤਾਂ ਨੇਰੇ ਤੇ ਨਹੀਂ ਪਤਾ ਲੱਗਦਾ ਤਾਂ ਹੀ ਤੇ ਇਹਨਾਂ ਕਰਕੇ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਰਾਤ ਦਾ ਵਿਆਹ ਨਹੀਂ ਰੱਖਿਆ ਮਿਲੇਗੀ ਮੋਬਾਈਲ ਚ ਫੋਟੋ ਜੱਟ ਦੀ ਮਿਲੇਗੀ ਥਾਣੇ ਫਾਈਲ ਚ ਮਿੱਤਰਾਂ ਦੀ ਫੋਟੋ ਮਿਲੇਗੀ ਜਾਂ ਥਾਣਿਆਂ ਦੀ ਫਾਈਲ ਚ ਤੇ ਜਾਂ ਮਿਲੇਗੀ ਮੋਬਾਈਲ ਚ ਅੱਲੜਾਂ ਦੇ ਮੋਬਾਈਲ ਚ ਪੁੱਤਰ ਅੱਲੜ ਚੱਲ ਆਜੋ ਫਸ ਗਿਆ ਫਸ ਕਿੱਥੇ ਜਾਣਾ ਨਹੀਂ ਕਿਤੇ ਨੀ ਇੱਥੇ ਇੱਥੇ ਕ੍ਰਿਮੀਨਲ ਤੇ ਕ੍ਰਿਮੀਨਲ ਇੱਥੇ ਮੇਰੇ ਆਪਣੇ ਮੁਲਾਜ਼ਮ ਵੀ ਮੇਰਾ ਦਿਮਾਗ ਖਾਂਦੇ ਰਹਿੰਦੇ ਕੀ ਕਰੀ ਕਿੱਥੇ ਜਾਈਏ ਸਰ ਤੁਸੀਂ ਮਤਲਬ ਇਦਾਂ ਦਾ ਦਿਮਾਗ ਨਾ ਰੱਖੋ ਨਾ ਮਤਲਬ ਚੇਂਜ ਕਰੋ ਫਲੇਵਰ ਸਾਨੂੰ ਵਧੀਆ ਲੱਗਦਾ ਸਰ ਇਹ ਵਾਲਾ ਦਿਮਾਗ ਚੇਂਜ ਕਰਾਂ ਹਾਂਜੀ ਸਰ ਮਤਲਬ ਇਹ ਪੁੱਤਰ ਕਿੱਥੇ ਸੇਲ ਲੱਗੀ ਦੱਸੀ ਮੈਨੂੰ ਜਰਾ ਸਰ ਹੁੰਦਾ ਹੈ ਇਦਾਂ ਦਾ ਮਤਲਬ ਜੇ ਚੇਂਜ ਕਰਨਾ ਚਾਹੇ ਮਤਲਬ ਇੱਕ ਹੁੰਦਾ ਨਾ ਮਾਈਂਡ ਦੇ ਵਿੱਚ ਮਤਲਬ ਅਲੱਗ-ਅਲੱਗ ਫਲੇਵਰ ਹੁੰਦੇ ਤੁਹਾਡੇ ਵਾਲਾ ਫਲੇਵਰ ਪਸੰਦ ਆ ਸਾਨੂੰ ਫਿਰ ਆਪਣੇ ਪਿਓ ਦਾ ਵੀ ਕਰਾਣਾ ਸੀ ਨਾ ਉਹ ਕੋ ਦਰ-ਦਰ ਭੀਖ ਮੰਗਦਾ ਰਹਿੰਦਾ ਉਹ ਨੂੰ ਦੱਸ ਕੀ ਉਹ ਪਹਿਲੇ ਇੱਕ ਅਫਸਰ ਲੱਗਾ ਰਿਹਾ ਉਹਦਾ ਦਿਮਾਗ ਫਿਰ ਗਿਆ ਅੱਜ ਕੱਲ ਉਹ ਪੈਸੇ ਮੰਗਦਾ ਅੱਲੜ ਦਾ ਮਤਲਬ ਕੀ ਹੁੰਦਾ ਅੱਲੜ ਅੱਲੜਾ ਦੇ ਮੋਬਾਈਲ ਚ ਫੋਟੋ ਦਿਖੇਗੀ ਤੇਰੀ ਅੱਲੜ ਜਿਵੇਂ ਅੱਲੜ ਖੜੀ ਅੱਲੜ ਜ਼ਿਆਦਾ ਇਸ ਕਰਕੇ ਨੀ ਛੇੜਦੀ ਕਿ ਜੇ ਮੰਨ ਗਈ ਤੇ ਕਿੱਧਰ ਜਾਵਾਂਗੇ ਇਹ ਵੀ ਟੈਨਸ਼ਨ ਹੁੰਦੀ ਉਹਨਾਂ ਨੂੰ ਪੁੱਤਰ ਮੈਂ ਤੈਨੂੰ ਅੱਲੜ ਦਾ ਮਤਲਬ ਦੱਸੇ ਤੂੰ ਉਹ ਦੱਸ ਅੱਲੜ ਅੱਲੜ ਮੁਟਿਆਰ ਮੁਟਿਆਰ ਕੀ ਮਤਲਬ ਹੈ ਇਹਦਾ ਮਤਲਬ ਸੋਹਣੀ ਮੁਟਿਆਰ ਤੇ ਫਿਰ ਤਾਂ ਸਿੱਧਾ ਸੋਹਣ ਵੀ ਕਿਹਾ ਫਿਰ ਅੱਲੜ ਕਹਿਣ ਦਾ ਕੀ ਮਤਲਬ ਹੈ ਫਿਰ ਉਹ ਗਾੜ ਮਤਲਬ ਰਲਦਾ ਨਹੀਂ ਸੀ ਨਾ ਕੰਮ ਰਲਦਾ ਰਲਾਣਾ ਹੁੰਦਾ ਰਲਦਾ ਮਰ ਜਾਣਾ ਵਰਡ ਨੂੰ ਰਲਾਣਾ ਹੁੰਦਾ ਇਹ ਬੰਟੀ ਬੈਂਸ ਸਾਹਿਬ ਮੇਰੀ ਗੱਲ ਸੁਣੋ ਜਿਹੜੇ ਤੁਸੀਂ ਗਾਣੇ ਰਲਾ ਲਏ ਹੋ ਨਾ ਇਹ ਤੁਹਾਡਾ ਕੰਮ ਨਹੀਂ ਹੈ ਸਮਝ ਆਈ ਮਤਲਬ ਤੁਸੀਂ ਸਮਝ ਉਹ ਵੱਡੇ ਵੱਡੇ ਰਾਈਟਰਾਂ ਦਾ ਕੰਮ ਹੈ ਉਹ ਰਲਦਾ ਨਹੀਂ ਨਾ ਗਾਣਾ ਉਹ ਰਾਈਮ ਨਹੀਂ ਤੇ ਇਹ ਵੀ ਕਿਸੇ ਇੱਕ ਕੰਮ ਦੇਖ ਪ੍ਰੋਫੈਸ਼ਨ ਦੇਖ ਇਹ ਵੀ ਕਿਸੇ ਉਹ ਵੱਡੇ ਉਹਨੇ ਲਿਖਿਆ ਹੈ ਓਹੋ ਆ ਜਿਹੜਾ ਤੂੰ ਕੀਤਾ ਨਾ ਸ਼ਤਰੂਧਨ ਸਿਨਾ ਵਾਲਾ ਹੋ ਮਤਲਬ ਵੱਡੇ ਆ ਅੱਛਾ ਚੱਲ ਇੱਕ ਡਾਇਲੌਗ ਬੋਲ ਦੇਖਾਂ ਤੇਰੇ ਚ ਟੈਲੈਂਟ ਕਿਹੜਾ ਬਹੁਤ ਟੈਲੈਂਟ ਹੈ ਆ ਫਿਰ ਆਓ ਬੋਲ ਕੇ ਸ਼ਾਮ ਕਹਾਂ ਹੈ ਘਰ ਹੋ ਗਈ ਜਨਾ ਮੇਰਾ ਕੋਈ ਡਾਇਰੈਕਟਰ ਦੋਸਤ ਆ ਬੜਾ ਅੱਛਾ ਦੋਸਤ ਹੈ ਹਰਬੰਸ ਸਰਪੰਚ ਨੇ ਨਵੀਆਂ ਫਿਲਮਾਂ ਬਣਾਉਣੀਆਂ ਸ਼ੁਰੂ ਕੀਤਾ ਤੇਰੇ ਜੀਜੇ ਵਰਗਾ ਨਾ ਹੀ ਉਹਦਾ ਹਾਂਜੀ ਹਾਂਜੀ ਸਰ ਪਰ ਤੇਰੇ ਜੀਜੇ ਵਰਗਾ ਖੱਜਲ ਨਹੀਂ ਹੈਗਾ ਕ੍ਰੀਏਟਿਵ ਡਾਇਰੈਕਟਰ ਆ ਉਹ ਬਹੁਤ ਉਹਨਾਂ ਦੇ ਦੋ ਕਰਾ ਦੀ ਆਪਣੀ ਪਰਵਾਹ ਨਾ ਕਰੀ ਜਦੋਂ ਦੂਜਾ ਕਰਾਇਆ ਕਿੱਥੋਂ ਆ ਗਈ ਹੈ
ਗੰਦੀ ਸੋਚ ਦੀ ਮਾਲਕ ਸਰ ਸੋਚ ਵਧੀਆ ਹੋਣੀ ਚਾਹੀਦੀ ਬੜੀ ਸੋਚ ਤੇਰੀ ਵਧੀਆ ਹਾਂ ਸਰ ਵਧੀਆ ਹੀ ਹੈ ਫਿਰ ਵਿਆਹ ਤਾਂ ਸਾਰਾ ਪਿਓ ਤੇਰਾ ਸ਼ੌਚਾਲਿਆ ਤੇ ਬਾਹਰੋਂ ਨਹੀਂ ਉੱਠਦਾ ਤੇ ਸੋਚ ਵਧੀਆ ਸਰ ਜਦ ਕਮਾਈ ਉਹ ਤੋਂ ਕੀ ਕਰਨਾ ਜਨਾਬ ਇਹਨਾਂ ਦਾ ਦਿਮਾਗ ਹਿੱਲ ਗਿਆ ਅੱਛਾ ਤੁਸੀਂ ਦੱਸ ਰਹੇ ਹੋ ਮੈਨੂੰ ਅੱਛਾ ਅੱਛਾ ਦੱਸੋ ਮੈਂ ਇਹ ਕਹਿਣਾ ਸੀ ਇਹਨਾਂ ਦੇ ਹੱਥ ਪੀਲੇ ਕਰਕੇ ਇਹਨਾਂ ਨੂੰ ਤੋਰੋ ਵਾਹ 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 ਹੱਥ ਪੀਲੇ ਇਹਨਾਂ ਨੂੰ ਮੈਂ ਹਲਦੀ ਮਲ ਦਿਆਂ ਤੇ ਤੂੰ ਮੈਂ ਮਰ ਜਾਣਾ ਮੈਂ ਤਾਂ ਨੀਲੇ ਨਾਲ ਕਰਾ ਲੈਂਦਾ ਦੱਸਾਂ ਤੂੰ ਕੀ ਫਾਇਦਾ ਹੋਣਾ ਕਿਸੇ ਫਿਲਮ ਦੇ ਵਿੱਚ ਡਾਇਲੋਗ ਬੋਲੇ ਤੇ ਹਰਮਨ ਸਿੰਘ ਨੂੰ ਪਸੰਦ ਆਏ ਤੇ ਇਹਨੂੰ ਲੈ ਹੀ ਲਵੇ ਫਿਲਮ ਚ ਤੇ ਬਣ ਜਾਏਗੀ ਗੱਲ ਜੀ ਬਣ ਜਾਏਗੀ ਹਾਂ ਬਣ ਜਾਏਗੀ ਉਹ ਜਿਹੜਾ ਜਦੋਂ ਫਿਲਮ ਸ਼ੁਰੂ ਹੋਇਆ ਕਲੈਪ ਨਹੀਂ ਮਾਰਦੇ ਹਾਂ ਜੀ ਹਾਂ ਉਹ ਚ ਉਂਗਲ ਦੇਣੀ ਹੈ ਤੇਰੀ ਉੱਥੇ ਬਣੀ ਹੈ ਗੱਲ ਉਹ ਪੁੱਤਰ ਪਹਿਲੇ ਰਿਹਾਸਲ ਤੇ ਕਰ ਚੰਗੀ ਤਰ੍ਹਾਂ ਅੱਜ ਤੋਂ ਸ਼ੁਰੂ ਹੀ ਹੈ ਅੱਜ ਤੋਂ ਤੇ ਖਤਮ ਕਦੋਂ ਮਤਲਬ ਰਿਹਾਸਲ ਸ਼ੁਰੂ ਚਲੋ ਚੱਲੀ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਕੁਝ ਬਣਾਣਾ ਨਾ ਵਧੀਆ ਰਿਹਾਸਲ ਕਰ ਵਧੀਆ ਕੁਝ ਦਿਖਾ ਤੂੰ ਵੀ ਕਰਨਾ ਜਾਂ ਦੇਣਾ ਜਾਂ ਆਡੀਸ਼ਨ ਮੈਂ ਵੀ ਸੋਚ ਰਹੀ ਸੀ ਜੀ ਫਿਲਮ ਦੇ ਵਿੱਚ ਕੋਈ ਛੋਟਾ ਮੋਟਾ ਮੇਨ ਲੀਡ ਰੋਲ ਹੋਵੇ ਤੇ ਮੈਂ ਕਰ ਲਵਾਂਗੀ ਫਿਲਮ ਦੇ ਵਿੱਚ ਕੀ ਹੋਵੇ ਸਰ ਛੋਟਾ ਮੋਟਾ ਕੋਈ ਮੇਨ ਲੀਡ ਰੋਲ ਹੋਵੇ ਤੇ ਮੈਂ ਕਰ ਲਵਾਂਗੀ ਸਰ ਨਹੀਂ ਨਹੀਂ ਮੇਨ ਲੀਡ ਦਾ ਤੇ ਨਹੀਂ ਹੈਗਾ ਉਹਦਾ ਲੀਡ ਦਾ ਹੈਗਾ ਔਰ ਲੱਗਦੀ ਨਹੀਂ ਬਿਜਲੀ ਵੱਡੀਆਂ ਲਾਈਟਾਂ ਦੇ ਵਿੱਚ ਉਹ ਲੀਡਰ ਦਾ ਮੂੰਹ ਵੀ ਹੈ ਤੇਰਾ ਉਹ ਜੇ ਨਾ ਮਿਲੀ ਨਾ ਅਰਥ ਦੀ ਤਾਰ ਤੇ ਤੇਰਾ ਮੂੰਹ ਵਾੜ ਦਿਆਂਗਾ ਵਿੱਚ ਸਰ ਅਰਥ ਦੀ ਤਾਰ ਨਾ ਮਿਲੀ ਫਿਰ ਅਰਥ ਪ੍ਰਕਾਸ਼ ਚਲੇ ਜਾਵਾਂਗੇ ਨਾ ਫਿਰ ਪ੍ਰਕਾਸ਼ ਦਾ ਪਤਾ ਨਹੀਂ ਨਾ ਤੈਨੂੰ ਜਿਹੜਾ ਤੈਨੂੰ ਅਰਥ ਤੇ ਮਿਲੇਗਾ